ਪਿਛਲੇ ਕੁਝ ਸਮੇਂ ਤੋਂ ਵੈਸੇ ਤਾਂ ਪੰਜਾਬ ਦੇ ਕਾਫੀ ਹਿੱਸੇ ਨਸ਼ੇ ਦੀ ਆਂਧੀ ਨਾਲ ਪੀੜਿਤ ਹਨ, ਪਰ ਪ੍ਰਦੇਸ਼ ਵਿੱਚ ਨਵੀਂ ਸਰਕਾਰ ਦੇ ਵੱਲੋਂ ਨਸ਼ੇ ਦੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਨਸ਼ੇ ਦੀ ਦਲਦਲ ਤੋਂ ਨਿਕਾਲਣ ਦੇ ਲਈ ਬਣਾਈ ਗਈ ਖਾਸ ਯੋਜਨਾ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਟੀਮ ਭੇਜ ਕੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਉੱਥੋਂ ਦੇ ਪੀੜਿਤ ਲੋਕਾਂ ਨੂੰ ਸੈਮੀਨਾਰ ਕਰਵਾ ਕੇ ਨਸ਼ਾ ਛੁਡਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਕਪੂਰਥਲਾ ਪੁਲਿਸ ਨੇ ਡਰੱਗਸ ਫ੍ਰੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਸੈਮੀਨਾਰ ਦਾ ਆਯੋਜਨ ਵਿਰਸਾ ਵਿਹਾਰ ਕਪੂਰਥਲਾ 'ਚ ਆਯੋਜਿਤ ਕੀਤਾ। ਕਪੂਰਥਲਾ ਪੁਲਿਸ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਡਰੱਗਸ ਦੇ ਉੱਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਨਾ ਕੇਵਲ ਸ਼ਹਿਰ ਦੇ ਜਿੰਨੇ ਕਾਉਂਸਲਰਸ ਹੈ ਬਲਕਿ ਇਸ ਇਲਾਕੇ ਦੇ ਜਿੰਨੇ ਸਰਪੰਚ, ਮੈਂਬਰ ਪੰਚਾਇਤ ਔਰ ਬਾਕੀ ਵੱਖ ਵੱਖ ਮਹਿਕਮਿਆਂ ਦੇ ਅਫਸਰਾਂ ਨੇ ਹਿੱਸਾ ਲਿਆ। ਇਸ ਦੇ ਵਿੱਚ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਕਿ ਹਰ ਕਾਉਂਸਲਰ, ਹਰ ਜ਼ਿੰਮੇਵਾਰ ਵਿਅਕਤੀ, ਹਰ ਸਰਪੰਚ ਆਪਣੇ ਆਪਣੇ ਪਿੰਡ ਦੇ ਵਿੱਚ ਉਹ ਬੱਚਿਆਂ ਨੂੰ ਆਈਡੈਂਟੀਫਾਈ ਕਰੇ ਜਿਹੜੇ ਡਰੱਗਸ ਦੇ ਚੱਕਰ 'ਚ ਪੈ ਗਏ ਆ। ਅੱਜ ਦੇ ਇਸ ਸਮਾਗਮ ਵਿੱਚ ਜੋ ਹੈ ਡਿਸਟ੍ਰਿਕਟ ਡੀ ਐਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਸੁਸਾਇਟੀ ਕਪੂਰਥਲਾ ਵੱਲੋਂ ਜੋ ਹੈ ਇੱਕ ਐਪ ਦਾ ਜੋ ਹੈ ਇੱਥੇ ਸ਼ੁਰੂਆਤ ਕੀਤੀ ਗਈ ਹੈ। ਇਹ ਐਂਡਰੋਇਡ ਐਪ ਹੈ ਨਵਜੀਵਨ ਦੇ ਨਾਮ 'ਤੇ। ਇਹਦੇ ਵਿੱਚ ਜੋ ਡਰੱਗ ਡੀ ਐਡਿਕਸ਼ਨ ਪ੍ਰੋਗਰਾਮ ਜੋ ਚੱਲ ਰਿਹਾ ਹੈ ਉਹਦੇ ਵਿੱਚ ਸਾਰੀ ਜਾਣਕਾਰੀ ਜੋ ਹੈ ਉਸਮੇ ਉਪਲਬਧ ਹੈ ਔਰ ਕੋਈ ਵੀ ਉਸ ਐਪ ਦਾ ਜੋ ਹੈ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਕੇ ਔਰ ਸੁਵਿਧਾ ਲੈ ਸਕਦਾ। ਕਪੂਰਥਲਾ ਤੋਂ ਸਾਜਨ ਖੋਸਲਾ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।